ਨਹੀਂ, ਅਸੀਂ ਐਵੇਂ ਇੱਥੇ ਇਕੱਠੇ ਕਰੀ ਜਾਣੇ ਆ। ਅਤੇ ਇਹ ਮਕਸਦ ਇਹ ਸੀ ਵੀ ਸਾਰਿਆਂ ਨੂੰ ਸਪਸ਼ਟ ਕਰਨਾ ਵੀ ਜੋ ਕੁਝ ਵੀ ਅਸੀਂ ਫੈਸਲਾ ਕਰ ਰਹੇ ਹਾਂ ਜਾਂ ਆਉਣ ਵਾਲੇ ਸਮੇਂ 'ਚ ਹੋਣਾ ਵਾ, ਉਹ ਮੀਡੀਆ ਤਾਰਾ ਖਰੇ, ਕਿਉਂਕਿ ਅਸੀਂ ਨਹੀਂ ਚਾਹੁੰਦੇ ਵੀ ਬੰਦ ਕਮਰੇ 'ਚ ਬਹਿ ਕੇ ਅਗਲਾ ਕੀ ਕਰ ਗਿਆ ਕੀ ਨਹੀਂ ਕਰ ਗਿਆ, ਮੁੜ ਕੇ ਮੱਥੇ 'ਤੇ ਸਾਡੇ ਕਲੰਕ ਲੱਗੇ, ਕੁਝ ਚੰਦ ਬੰਦਿਆਂ ਦੀ ਗਲਤੀ ਕਾਰਨ ਸਾਰੇ ਪੰਥ ਨੂੰ ਜਿਹੜਾ ਉਹ ਦਾਗ ਲੱਗਦਾ, ਫਿਰ ਅਸੀਂ ਬੇਦਾਗ ਰਹੇ ਹਾਂ ਅਤੇ ਬੇਦਾਗ ਰਹਿਣਾ। ਠੀਕ ਹੈ ਜੀ, ਬਾਕੀ ਜਿਹੜਾ ਅਧਿਕਾਰੀਆਂ ਨੇ ਇਸ ਗੱਲ ਦਾ ਸਾਨੂੰ ਪੂਰਾ ਭਰੋਸਾ ਦਵਾਇਆ ਵੀ ਜਿਹੜੀਆਂ ਤੁਹਾਡੀਆਂ ਮੰਗਾਂ ਵਾ ਉਹ ਪੂਰੀਆਂ ਕੀਤੀਆਂ ਜਾਣਗੀਆਂ। ਆ ਜਾ ਬਾਬਾ ਸ਼ੇਰ ਸਿੰਘ ਜੀ, ਇਹ ਚਮਕੌਰ ਸਾਹਿਬ ਤੋਂ ਬਾਬਾ ਕੁਲਵਿੰਦਰ ਸਿੰਘ ਜੀ, 56 ਜਥੇਬੰਦੀਆਂ ਜਿਨ੍ਹਾਂ ਨੂੰ ਇੱਕ ਆਵਾਜ਼ ਦੇ ਉੱਤੇ ਆਪਾਂ ਇਕੱਤਰ ਕਰ ਸਕਦੇ, ਲੇਕਿਨ ਨਹੀਂ ਇਹਨਾਂ ਨੂੰ ਵਿੱਚ ਲਿਆਉਣਾ, ਇਹਨਾਂ ਨੂੰ ਥੋੜ੍ਹਾ ਜਿਹਾ ਪਿੱਛੇ ਹੋ ਜਾਈਏ, ਇਹਨਾਂ ਨੂੰ ਮਤਲਬ ਕਿ ਇੱਥੇ ਬਾਬਾ ਜੀ ਹੁਣਾਂ ਨੇ ਭੇਜਿਆ, ਕਿਉਂਕਿ ਕਈਆਂ ਦੇ ਮਨ 'ਚ ਇਹ ਭੁਲੇਖਾ ਸੀ ਵੀ ਸ਼ਾਇਦ ਮਾਨ ਸਿੰਘ ਕਾਲੀ ਕੱਲਾ, ਲੇਕਿਨ ਮੇਰੀ ਆਪਣੀ ਇਹ ਆਵਾਜ਼ ਸੀ ਵੀ ਕੋਈ ਵੀ ਭੈਣ ਭਰਾ ਇਹੋ ਲੁੜਬਾਜ਼ੀ ਨਾ ਕਰੇ ਕਿਸੇ ਦਾ ਕੋਈ ਨੁਕਸਾਨ ਕਰਨ ਵਾਸਤੇ ਨਾ ਆਵੇ, ਕਿਉਂਕਿ ਗੱਲ ਪ੍ਰਸ਼ਾਸਨ ਦੇ ਵਿੱਚ ਆ ਚੁੱਕੀ ਹੈ। ਅਤੇ ਸਾਰੀਆਂ ਜਥੇਬੰਦੀਆਂ ਨੂੰ ਮੈਂ ਬੇਨਤੀ ਕੀਤੀ ਸੀ ਵੀ ਬਾਈ ਅਜੇ ਕਿਸੇ ਨੇ ਨਹੀਂ ਆਉਣਾ, ਕਿਉਂਕਿ ਆਉਣ ਦੀ ਗੱਲ ਤਾਂ ਹੋਵੇ ਵੀ ਜਾਂ ਬੜਾ ਵੱਡਾ ਮੁੱਦਾ ਵਾ ਵੀ ਅਗਲਾ ਬੰਦਾ ਸਾਡੇ ਦੁਆਲੇ ਵੀ ਡਾਂਗਾ ਚੁੱਕੀ ਫੇਰਦਾ, ਹੈ ਨਾ, ਵੀ ਜਾਂ ਅਸੀਂ ਅਗਲੇ ਦਾ ਰਾਹ ਰੋਕਣਾ, ਫਿਰ ਹੁੰਦੀਆਂ ਗੱਲਾਂ। ਜਦੋਂ ਅਗਲਾ ਬੰਦਾ ਨਾ ਕੋਈ ਸਾਡੇ ਘਰ ਖੜਨ ਵਾਲਾ, ਨਾ ਉਹ ਗੱਲ ਨਹੀਂ ਬਾਤ ਨਹੀਂ, ਅਸੀਂ ਐਵੇਂ ਇੱਥੇ ਇਕੱਠੇ ਕਰੀ ਜਾਣੇ ਹਾਂ। ਅਤੇ ਸੋ ਮਤਲਬ ਸਾਨੂੰ ਮਤਲਬ CP ਸਾਹਿਬ ਵੱਲੋਂ ਸਾਨੂੰ ਫੋਨ ਗਏ ਸੀ ਅਤੇ ਅਸੀਂ ਉਹ ਗੱਲਬਾਤ ਕਰਨ ਵਾਸਤੇ ਇੱਥੇ ਆਏ ਹਾਂ। ਉਹਨਾਂ ਨੇ ਧਰਵਾਸਾ ਪੂਰਾ ਦਵਾਇਆ ਬਈ ਤੁਹਾਡੀਆਂ ਜਿਹੜੀਆਂ ਮੰਗਾਂ ਵਾ ਉਹ ਰੱਖੀਆਂ। ਕਿੰਨਾ ਸਮੇਂ ਬਾਬਾ ਜੀ ਤੁਹਾਡੇ? ਵੇਖੋ ਜੀ, ਹੁਣ ਇਸ ਟਾਈਮ ਕੰਗਣਾ ਦੀ ਫਿਰ ਆਪਾਂ ਨਾ ਸ਼ੁਰੂ ਕਰੀਏ, ਉਹਨੂੰ ਚੁੱਲ੍ਹੇ 'ਚ ਬੈਣ ਤੋਂ ਜਿੱਥੇ ਪਈ ਹੈ। ਠੀਕ ਹੈ ਜੀ, ਇੱਥੇ ਜਿੰਨੇ ਵੀ ਆਏ ਨਾ ਅੱਜ ਤੱਕ ਉਹਨਾਂ ਨੇ ਆਪਣੇ ਆਪਣੇ ਰੰਗ ਵਿਖਾਏ ਆ, ਇਸ ਦੇਸ਼ ਨੂੰ ਨਾ ਲੁੱਟਿਆ ਵੀ ਆ ਅਤੇ ਖਾਧਾ ਪੀਤਾ ਵੀ ਉਹਨਾਂ ਨੇ ਇਹਦੇ, ਪਰ ਬਦਨਾਮੀ ਵੀ ਸਭ ਤੋਂ ਵੱਧ ਸਾਡੀ ਕੀਤੀ ਆ। ਤੁਹਾਨੂੰ ਵੀ ਇਹ ਗੱਲ ਦਾ ਪਤਾ ਵੀ ਜਿਹੜੇ ਬਾਹਰੋਂ ਆ ਕੇ ਇਸ ਦੇਸ਼ ਦੇ ਵਿੱਚ ਵਸੇ ਆ ਨਾ, ਜਿਹਨੂੰ ਆਪਾਂ ਭਾਰਤ ਖੰਡ ਕਹਿੰਦੇ ਹਾਂ, ਇਹਦਾ ਭਲਾ ਕਿਸੇ ਨੇ ਨਹੀਂ ਮੰਗਿਆ। ਜਦੋਂ ਇਹਨੂੰ ਉੱਜੜਦਾ ਵੇਖਦੇ ਆ ਉਦੋਂ ਇੱਥੋਂ ਬਾਹਰ ਨੂੰ ਭੱਜ ਉੱਠਦੇ ਆ, ਅਤੇ ਜਦੋਂ ਇਹਨੂੰ ਹਰਿਆਲੀ 'ਚ ਵੇਖਦੇ ਆ, ਸੁੱਖੀ ਸੁੱਖੀ ਵੱਸਦਾ ਵੇਖਦੇ ਆ, ਉਦੋਂ ਪੰਜਾਬ ਨੂੰ ਭੱਜ ਆਉਂਦੇ ਆ। ਹੈ ਨਾ, ਇੱਕ ਦੁਨੀਆ ਦਾ ਇਹੋ ਜਿਹਾ ਦੇਸ਼ ਕਹਿ ਸਕਦੇ ਹਾਂ ਭਾਰਤ, ਜਿੱਥੇ ਕਿਸੇ ਨੂੰ ਕੋਈ ਟਿਕਾਣਾ ਨਹੀਂ ਲੱਭਦਾ, ਉਹਨੂੰ ਭਾਰਤ 'ਚ ਲੱਭਦਾ, ਅਤੇ ਜਿਹਨੂੰ ਭਾਰਤ ਦੇ ਹੋਰ ਕੋਨੇ ਨਾਲ ਸਾਂਭਣ, ਉਹ ਇੱਕੋ ਰਹਿ ਗਿਆ ਫਿਰ ਭਾਰਤ ਦਾ ਦਿਲ ਪੰਜਾਬ, ਉਹ ਫਿਰ ਪੰਜਾਬ ਵੱਲ ਨੂੰ ਆਉਂਦੇ ਆ ਅਤੇ ਪੰਜਾਬ ਨੇ ਤਾਂ ਸਾਂਭਣਾ ਹੀ ਹੁੰਦਾ। ਬਸ ਇੰਨਾ ਕਹਿਣਾ ਚਾਹੁੰਦੇ, ਬਾਕੀ ਬਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਮੀਡੀਆ ਦਾ। ਕਿੰਨਾ ਸਮੇਂ ਹੁਣ ਪ੍ਰਸ਼ਾਸਨ ਨੇ ਦਿੱਤਾ? ਹਾਂ ਵੇਖੋ ਜੀ, ਮੇਰੇ ਵੀ ਕੁਝ ਆਪਣੇ ਨਿੱਜੀ ਕਾਰਜ ਆ ਜਿਨ੍ਹਾਂ ਕਰਕੇ ਮੈਂ ਸਮਾਂ ਬਣਾਇਆ ਜਾਊਗਾ, ਕਿਉਂਕਿ ਇਹ ਨਹੀਂ ਵੀ ਜਦੋਂ ਫੋਨ ਕਰਨ ਆਪਾਂ ਉਸੇ ਵੇਲੇ ਆ ਜਾਵਾਂਗੇ, ਕਿਉਂਕਿ ਮੇਰਾ ਆਪਣਾ ਵੀ ਜਿਹੜੇ ਕਾਰਜ ਆ ਉਹ, ਕਿਉਂਕਿ ਸਿੰਘਾਂ ਦੀਆਂ ਜ਼ਿੰਮੇਵਾਰੀਆਂ ਸਾਰੀਆਂ ਆਪਣੇ ਕੋਲ ਹੀ ਹੈ ਨਾ, ਜਥੇਬੰਦੀਆਂ ਦੇ ਨਾਲ ਵੀ ਚੱਲਣਾ ਵਿਚਰਨਾ ਪੈਂਦਾ, ਸੋ ਉਹਨਾਂ ਦੇ ਨਾਲ ਸਮਾਂ ਬਣਾ ਕੇ ਜਿੱਥੇ ਜੇ ਸਮਾਂ ਬਣਦਾ ਉਹ 1-2 ਦਿਨ ਦਾ ਵਿਹਲ ਹੋਊਗਾ, ਉਹਦੇ ਵਿੱਚ ਆ ਕੇ ਆਪਾਂ ਜਿਹੜਾ ਇਹਨਾਂ ਨਾਲ ਰਾਬਤਾ ਕਰ ਲਾਂਗੇ। ਬਾਕੀ ਹਰਜਿੰਦਰ ਸਿੰਘ ਜਿੰਦਾ ਹੋਣਾ ਨੇ ਸਾਰਾ ਕੁਝ ਬਿਆਨ ਕਰ ਦਿੱਤਾ ਵਾ ਵੀ ਜੋ ਆਉਣ ਵਾਲੇ ਸਮੇਂ ਦਾ, ਵੇਖੋ ਹਰ ਬੰਦਾ ਚਾਹੁੰਦਾ ਵਾ, ਇਕੱਲਾ ਮਾਨ ਸਿੰਘ ਕਾਲੀ ਇਕੱਲਾ ਥੋੜ੍ਹਾ ਵਾ, ਜਿਹੜੀਆਂ ਜਥੇਬੰਦੀਆਂ ਸਾਰੀਆਂ ਉਹ ਕੀ ਮਤਲਬ ਇਸ ਕਰਕੇ ਥੋੜ੍ਹਾ ਬਣੀਆਂ ਵੀ ਆਪਾਂ ਨਿੱਕੇ ਜਿਹੇ ਕੰਮ ਵਾਸਤੇ ਆ ਜਾਣਾ। ਬਾਈ ਵੇਖੋ ਮੇਰੀ ਗੱਲ ਸੁਣੋ, ਬੱਚੇ ਆਪਣੇ ਉਹ ਅਸੀਂ ਡਾਂਗਾ ਚੁੱਕੀ ਫਿਰਦੇ ਨਾਲ, ਉਹ ਤੁਸੀਂ ਲਿਖ ਦਿੰਦੇ ਆ ਵੀ ਚੇਤਾਵਨੀ ਦੇ ਦਿੱਤੀ ਜੀ, ਹੁਣ ਤਗੜਾ ਆ ਜਾ ਆ ਜਾ। ਵੇਖੋ ਜਿਹੜੇ ਘਰ 'ਚ ਵੱਡੇ ਹੁੰਦੇ ਨਾ, ਚਾਹੇ ਉਹ ਭੈਣ ਭਰਾ ਹੋਣ, ਚਾਹੇ ਚਾਚੇ ਤਾਏ ਹੋਣ, ਮਾਮੇ ਮਾਸੜ ਹੋਣ, ਉਹ ਉਹਨਾਂ ਦਾ ਇੱਕ ਮਕਸਦ ਹੁੰਦਾ ਕਿ ਆਪਣੀ ਔਲਾਦ ਨੂੰ ਚੰਗੀ ਸੇਧ ਦੇਣਾ, ਅਤੇ ਉਹ ਸਾਡੇ ਬੱਚੇ ਆ, ਅਸੀਂ ਉਹਨਾਂ ਨੂੰ ਕਹਿ ਸਕਦੇ ਹਾਂ ਵੀ ਤੁਸੀਂ ਆਹ ਕੰਮ ਨਾ ਕਰੋ। ਜਿਹੜੀ ਪ੍ਰਾਈਵੇਟ ਜਿਹੜੀ ਪ੍ਰਾਈਵੇਟ ਲਾਈਫ ਆ ਨਾ ਆਪਣੀ, ਉਹਨੂੰ ਮਤਲਬ ਆਪਣੇ ਦੁਨੀਆ ਦੇ ਵਿੱਚ ਨਾ ਉਹਨੂੰ ਰੱਖੋ, ਆਪਣੀ ਪਰਸਨਲ ਲਾਈਫ ਨੂੰ ਉੱਥੇ ਹੀ ਰੱਖੋ ਵੀ ਆਪਣੇ ਅੰਦਰ ਤੱਕ ਹੀ ਰੱਖੋ। ਤੁਸੀਂ ਗੀਤ ਬੜੇ ਤੁਹਾਡੇ ਵਧੀਆ ਵਾ, ਤੁਸੀਂ ਕੱਪੜੇ ਜੂ ਛੋਟੇ ਪਾਉਂਦੇ, ਲੇਕਿਨ ਉਹਦੇ ਵਿੱਚ ਤੁਹਾਡਾ ਕੋਈ ਇੱਦਾਂ ਦਾ ਗੰਦ ਨਹੀਂ ਆ ਰਿਹਾ, ਅਤੇ ਸੋਹਣੀ ਗੱਲ ਆ, ਲੇਕਿਨ ਤੁਸੀਂ ਆਪਣੀ ਲਾਈਫ ਨੂੰ ਜਿਹੜਾ ਇੱਦਾਂ ਪਰਸਨਲ ਨਾ ਕਰੋ, ਕਿਉਂਕਿ ਆਪਾਂ ਵੀ ਸਿੱਖ ਹਾਂ, ਤੁਸੀਂ ਵੀ ਸਾਡੇ ਬੱਚੇ ਹਾਂ। ਅਸੀਂ ਨਹੀਂ ਤੁਹਾਨੂੰ ਕਹਿਣਾ ਤੇ ਤੁਹਾਨੂੰ ਪਾਕਿਸਤਾਨ 'ਚ ਥੋੜ੍ਹਾ ਗੱਲਾਂ ਆਉਣੀਆਂ ਵੀ ਤੁਸੀਂ ਆਹ ਕੰਮ ਨਾ ਕਰੋ। ਹੁਣ ਮੰਨ ਲਓ ਜਿਹੜੇ ਪੰਜਾਬ 'ਚ ਵੱਸਦੇ ਆ ਸਾਡੇ ਆਪਣੇ ਭੈਣ ਭਰਾ ਵਾ, ਅਸੀਂ ਉਹਨਾਂ ਨੂੰ ਕਹਿਣਾ ਵਾ
ਭਾਵੇਂ ਉਹ ਸਿਆਣੇ ਬਜ਼ੁਰਗ ਵੀ ਹੈਗੇ ਕਈ, ਉਹਨਾਂ ਨੂੰ ਵੀ ਇਹੀ ਕਹਿ ਰਹੇ ਹਾਂ। ਤੇ ਉਹ ਮਤਲਬ ਕਈ ਹੁਣ ਜਿਹੜੇ ਮਤਲਬ ਜਿਨ੍ਹਾਂ ਨੂੰ ਚਟਪਟਾ ਵੇਖਣ ਦਾ ਖਾਣ ਦਾ ਸਵਾਦ ਹੁੰਦਾ ਨਾ, ਉਹ ਕਹਿੰਦੇ ਬਾਬਾ ਤੁਹਾਡਾ ਢਿੱਡ ਦੁਖਦਾ ਅਗਲੇ ਦੀ ਜ਼ਿੰਦਗੀ ਆ, ਵੀ ਯਾਰ ਅਗਲੇ ਦੀ ਜ਼ਿੰਦਗੀ ਆ, ਅਕਸਰ ਤੁਹਾਡੀ ਵੀ ਲਾਈਫ ਹੈਗੀ ਆ ਆਪਣੀ, ਤੁਸੀਂ ਵੀ ਆਪਣੀ ਜ਼ਿੰਦਗੀ ਗ੍ਰਸਤੀ ਜੀਨੇ ਆ, ਤੁਸੀਂ ਉਹਨੂੰ ਲਾਈਫ ਨੂੰ ਪਬਲਿਕ ਕਿਉਂ ਨਹੀਂ ਕਰਦੇ? ਹਰ ਚੀਜ਼ ਦਾ ਦਾਇਰਾ ਰੱਖਿਆ ਮਹਾਰਾਜ ਨੇ, ਜੇ ਇਹ ਚੀਜ਼ ਦੀ ਖੁੱਲ੍ਹ ਹੁੰਦੀ ਤਾਂ ਪਹਿਲਾਂ ਤੋਂ ਹੀ ਜਦੋਂ ਜੰਮੇ ਸੀ ਉਦੋਂ ਤੋਂ ਖੁੱਲ੍ਹ ਹੋਣੀ ਚਾਹੀਦੀ। ਆਹ ਹੁਣ ਛੋਟੇ ਕੱਪੜੇ ਪਾਉਣ ਦੀ ਹੁਣ ਤੋਂ ਹੀ ਇਹ ਚੀਜ਼ਾਂ ਇੱਥੇ ਸ਼ੁਰੂਆਤ ਹੋਈ, ਨਹੀਂ ਤਾਂ ਪਹਿਲਾਂ ਆਪਾਂ ਪੂਰੇ ਕੱਪੜੇ ਪਾਉਂਦੇ ਰਹੇ, ਚਾਹੇ ਉਹ ਹਿੰਦੂ ਹੋਵੇ, ਮੁਸਲਮਾਨ ਹੋਵੇ, ਸਿੱਖ, ਇਸਾਈ, ਸਾਰੇ ਪੂਰੇ ਕੱਪੜੇ ਪਾਉਂਦੇ ਰਹੇ ਆ। ਜਿਨ੍ਹਾਂ ਨੂੰ ਅਸੀਂ ਜਿਨ੍ਹਾਂ ਦੇ ਕਲਚਰ ਨੂੰ ਅਸੀਂ ਅਪਣਾ ਲਿਆ, ਉਹਨਾਂ ਨੇ ਸਾਡਾ ਅਪਣਾ ਲਿਆ। ਅਸੀਂ ਬਾਹਰਲੇ ਮੁਲਕਾਂ ਜਾਂਦੇ ਹਾਂ, ਵੇਖੋ ਉਹਨਾਂ ਨੇ ਬੜੇ ਬੜੇ ਦੁਮਾਲੇ ਚਾੜੇ ਆ ਸਰਾਂ ਦੇ ਉੱਤੇ, ਚੱਕਰ ਉਹਨਾਂ ਦੇ ਝੂਲ ਦੇ ਨੀਲੇ ਬਾਣੇ ਪਾਏ ਆ, ਅਤੇ ਉਹ ਮਤਲਬ ਉਹ ਬੜੇ ਬੜੇ ਸਮੋਨੇ ਪਾਏ, ਵਾਹਿਗੁਰੂ ਵਾਹਿਗੁਰੂ ਕਰੀ ਜਾਂਦੇ ਤੇ ਸਾਡੇ ਵਾਲੇ ਇਹ ਵੇਂਦੇ ਆ ਵੀ ਕਿਹੜੀ ਨਵੀਂ ਐਕਟਰਾਣੀ ਆਈ ਆ। ਜਿੱਦਾਂ ਹੁਣ ਤੁਸੀਂ ਕਿਹਾ ਵੀ ਫਲਾਣੇ ਦੀ ਉਹ ਆਈ, ਕੰਗਣਾ ਆਈ ਆ, ਕੰਗਣਾ ਯਾਰ ਉਹਨਾਂ ਲੋਕਾਂ ਨੂੰ ਆਪ ਹੀ ਇੱਕ ਨਾ ਇੱਕ ਦਿਨ ਅਕਲ ਆ ਜਾਣੀ ਹੈ ਨਾ। ਜ਼ਿੰਦਗੀ 'ਚ ਜਿੰਨੀਆਂ ਵੱਡੀਆਂ ਬੰਦਾ ਗਲਤੀਆਂ ਕਰਦਾ, ਇੱਕ ਦਿਨ ਆਉਣ ਵਾਲੇ ਸਮੇਂ ਦੇ ਵਿੱਚ ਉਹੋ ਹੀ ਪੰਜਾਬ ਨੂੰ ਸੇਧ ਦੇਣ ਲੱਗ ਪੈਂਦਾ, ਇਹ ਗੱਲ ਪੱਕੀ ਆ। ਕਿਉਂਕਿ ਜਿਹੜਾ ਬੰਦਾ ਦੁਨੀਆਂ ਦੇ ਰੰਗ ਤਮਾਸ਼ੇ ਵੇਖ ਕੇ ਆਉਂਦਾ ਨਾ, ਉਹਨੂੰ ਦੁਨੀਆਂ ਦਾ ਪਤਾ ਲੱਗ ਜਾਂਦਾ ਵੀ ਇਹ ਘਰ ਤੋਂ ਬਿਨਾਂ ਸਾਨੂੰ ਕਿਸੇ ਨੇ ਸਾਂਭਣਾ ਨਹੀਂ ਆ, ਅਤੇ ਇਹਨੂੰ ਘਰ ਨੂੰ ਸਾਫ਼ ਸੁਥਰਾ ਆਪਾਂ ਆਪ ਹੀ ਰੱਖਣਾ। ਸੋ ਬੜੀ ਵਧੀਆ ਗੱਲ ਆ, ਸਾਰੇ ਮੀਡੀਆ ਨੇ ਧੰਨਵਾਦ ਦਿੱਤਾ, ਧੰਨਵਾਦ ਕਰਦਾ ਸਾਰਿਆਂ ਦਾ, ਅਤੇ ਸਰਦਾਰ ਹਰਜਿੰਦਰ ਸਿੰਘ ਜਿੰਦਾ ਹੋਣੀ ਉਹਨਾਂ ਦੀ ਪੂਰੀ ਟੀਮ ਜਿਹੜੀ ਆ, ਉਹ ਸਾਰੇ ਹੀ ਮਤਲਬ ਸਾਰਿਆਂ ਨੇ ਬੜਾ ਵੱਡਾ ਸਹਿਯੋਗ ਦਿੱਤਾ ਵਾ। ਆਪੋ ਆਪਣੇ ਇਲਾਕਿਆਂ ਨੂੰ ਘਰਾਂ ਨੂੰ ਸਾਫ਼ ਰੱਖਣਾ ਹਰ ਇੱਕ ਪੱਤਰਕਾਰ ਦੀ ਵੀ ਜ਼ਿੰਮੇਵਾਰੀ ਬਣਦੀ। ਵੇਖੋ ਬਾਈ ਤੁਹਾਨੂੰ ਲੱਗਦਾ ਵਾ ਵੀ ਸਿੱਖ ਜੇ ਕਿਤੇ ਇਹ ਵੇਖੋ, ਇਹ ਕਈ ਕਈ ਸਵਾਲ ਇਹ ਕਰਦੇ ਨੇ ਵੀ ਇਕੱਲਾ ਇਹੋ ਹੀ ਬੰਦਾ ਵਾ ਜੋ ਹੋਰ ਬੰਦੇ ਨਜ਼ਰ ਨਹੀਂ ਆਉਂਦੇ? ਬਈ ਅਸੀਂ ਤੁਹਾਨੂੰ ਇਹ ਗੱਲ ਕਹਿੰਦੇ ਹਾਂ ਵੀ ਜਿਹੜੇ ਵੀ ਜ਼ਿਲ੍ਹੇ ਦੇ ਵਿੱਚ ਆ, ਜਿਹੜੇ ਵੀ ਇਲਾਕੇ ਦੇ ਵਿੱਚ, ਉਹਦਾ ਪਰੂਫ ਦਿਓ ਸਾਨੂੰ ਵੀ ਬੰਦਾ ਵਾਕਿਆ ਇੱਦਾਂ ਦੇ ਕੰਮ ਕਰ ਰਿਹਾ ਵਾ, ਔਰ ਉਹਦਾ ਪਰੂਫ ਦਿਓ। ਅਸੀਂ ਪਹਿਲ ਦੇ ਆਧਾਰ 'ਤੇ ਉੱਧਰ ਦੇ ਪ੍ਰਸ਼ਾਸਨ ਨੂੰ ਜਾ ਕੇ ਬੇਨਤੀ ਕਰਾਂਗੇ ਵੀ ਬਾਈ ਇਹਨਾਂ 'ਤੇ ਕਾਰਵਾਈ ਕਰੋ, ਜੇ ਇਹਨਾਂ ਨੇ ਸ਼ਰਾਬ ਪੀਣੀ ਆ ਜਾਂ ਇਹਨਾਂ ਨੇ ਇਹੋ ਜਿਹੇ ਪੁੱਠੇ ਕੰਮ ਕਰਨੇ, ਇਜਾਸ਼ੀਆਂ ਕਰਨੀਆਂ, ਅਤੇ ਬਈ ਇਹ ਕੰਮ ਛੱਡ ਦੇਣ, ਹੈ ਨਾ, ਸਿੱਖੀ ਬਾਣੇ 'ਚੋਂ ਬਾਹਰ ਚਲੇ ਜਾਣ। ਜਿੰਨਾ ਚਿਰ ਸਿੱਖੀ ਬਾਣੇ 'ਚ ਰਹਿਣਗੇ, ਉਹ ਸਿੱਖੀ ਬਾਣੇ 'ਚ ਰਹਿ ਕੇ ਉਹ ਗਲਤ ਕਰਮ ਕਰਦਾ ਅਤੇ ਉਹਦੇ ਨਾਲ ਸਾਰੇ ਸਿੱਖ ਪੰਥ ਦਾ ਸਿਰ ਨੀਵਾਂ ਹੁੰਦਾ ਉਹਨਾਂ 'ਚ, ਭਾਵੇਂ ਮੈਂ ਹੀ ਹੋਵਾਂ। ਵੇਖੋ ਮੈਂ ਹੁਣ ਅੱਜ ਤੋਂ 16 ਸਾਲ ਪਹਿਲਾਂ ਮੈਂ ਕਲੀਨ ਸ਼ੇਵ ਵੀ, ਮੇਰੀ ਜ਼ਿੰਦਗੀ 'ਚ 50 ਗਲਤੀਆਂ ਹੈਗੀਆਂ ਹੋਣਗੀਆਂ, ਲੇਕਿਨ ਮੇਰੀ ਜ਼ਿੰਦਗੀ ਦੀ ਆਹ ਸ਼ੁਰੂਆਤ ਜਿਹੜੀ ਹੈ ਜਦੋਂ ਮੈਂ ਇਸ ਬਾਣੇ 'ਚ ਆਉਂਦਾ ਵਾਂ, ਜੇ ਉਹ ਤੋਂ ਹੁਣ ਬਾਣਾ ਪਾ ਕੇ ਵੀ ਗਲਤੀਆਂ ਕਰੀ ਜਾਊਂਗਾ ਤਾਂ ਫਿਰ ਮੈਂ ਸਿੱਖ ਥੋੜ੍ਹਾ ਹੈਗਾ, ਫਿਰ ਤਾਂ ਮੈਂ ਵੀ ਸਜ਼ਾ ਦਾ ਹੱਕਦਾਰ ਹਾਂ, ਅਤੇ ਅਕਾਲ ਤਖਤ ਸਾਹਿਬ ਦਾ ਜਥੇਦਾਰ ਜਦੋਂ ਮਰਜ਼ੀ ਸੱਦ ਸਕਦਾ। ਜਿਹੜੇ ਕਹਿੰਦੇ ਨੇ ਵੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਹੀ ਫੈਸਲਾ ਕਰ ਸਕਦਾ, ਅਕਾਲ ਤਖਤ ਸਾਹਿਬ ਦੇ ਜਥੇਦਾਰ ਜ਼ਰੂਰ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਚੀਜ਼ ਦੇ ਉੱਤੇ ਵੀ ਬਿਆਨ ਦੇਣਗੇ ਵੀ ਜਿਹੜੇ ਵੀ ਇੱਦਾਂ ਨਾਲ ਸਾਡੇ ਸਮਾਜ ਨੂੰ ਖਰਾਬ ਕਰ ਰਹੇ, ਦਾਗੀ ਕਰ ਰਹੇ, ਉਹਨਾਂ ਨੂੰ ਸਾਵਧਾਨ ਜ਼ਰੂਰ ਕਰਨਗੇ। ਮੈਂ ਥੋੜ੍ਹੇ ਦਿਨਾਂ ਦੇ ਵਿੱਚ ਮਿਲ ਰਿਹਾ ਉਹਨਾਂ ਨੂੰ। ਇਹ ਮਕਸਦ ਇਹ ਸੀ ਵੀ ਸਾਰਿਆਂ ਨੂੰ ਸਪਸ਼ਟ ਕਰਨਾ ਵੀ ਜੋ ਕੁਝ ਵੀ ਅਸੀਂ ਫੈਸਲਾ ਕਰ ਰਹੇ ਹਾਂ ਜਾਂ ਆਉਣ ਵਾਲੇ ਸਮੇਂ 'ਚ ਹੋਣਾ ਵਾ, ਉਹ ਮੀਡੀਆ ਤਾਂ ਰੱਖ ਰਿਹਾ ਕਿਉਂਕਿ ਅਸੀਂ ਨਹੀਂ ਚਾਹੁੰਦੇ ਵੀ ਬੰਦ ਕਮਰੇ 'ਚ ਬਹਿ ਕੇ ਅਗਲਾ ਕੀ ਕਰ ਗਿਆ ਕੀ ਨਹੀਂ ਕਰ ਗਿਆ, ਮੁੜ ਕੇ ਮੱਥੇ 'ਤੇ ਸਾਡੇ ਕਲੰਕ ਲੱਗੇ, ਕੁਝ ਚੰਦ ਬੰਦਿਆਂ ਦੀ ਗਲਤੀ ਕਾਰਨ ਸਾਰੇ ਪੰਥ ਨੂੰ ਜਿਹੜਾ ਉਹ ਦਾਗ ਲੱਗਦਾ, ਫਿਰ ਅਸੀਂ ਬੇਦਾਗ ਰਹੇ ਹਾਂ ਅਤੇ ਬੇਦਾਗ ਰਹਿਣਾ। ਠੀਕ ਹੈ ਜੀ, ਬਾਕੀ ਜਿਹੜਾ ਅਧਿਕਾਰੀਆਂ ਨੇ ਇਸ ਗੱਲ ਦਾ ਸਾਨੂੰ ਪੂਰਾ ਭਰੋਸਾ ਦਵਾਇਆ ਵੀ ਜਿਹੜੀਆਂ ਤੁਹਾਡੀਆਂ ਮੰਗਾਂ ਵਾ ਉਹ ਪੂਰੀਆਂ ਕੀਤੀਆਂ ਜਾਣਗੀਆਂ। ਆ ਜਾ ਬਾਬਾ ਸ਼ੇਰ ਸਿੰਘ ਜੀ, ਇਹ ਚਮਕੌਰ ਸਾਹਿਬ ਤੋਂ ਬਾਬਾ ਕੁਲਵਿੰਦਰ ਸਿੰਘ ਜੀ, 56 ਜਥੇਬੰਦੀਆਂ ਜਿਨ੍ਹਾਂ ਨੂੰ ਇੱਕ ਆਵਾਜ਼ ਦੇ ਉੱਤੇ ਆਪਾਂ ਇਕੱਤਰ ਕਰ ਸਕਦੇ, ਲੇਕਿਨ ਨਹੀਂ ਇਹਨਾਂ ਨੂੰ ਵਿੱਚ ਲਿਆਉਣਾ, ਇਹਨਾਂ ਨੂੰ ਥੋੜ੍ਹਾ ਜਿਹਾ ਪਿੱਛੇ ਹੋ ਜਾਈਏ, ਇਹਨਾਂ ਨੂੰ ਮਤਲਬ ਕਿ ਇੱਥੇ ਬਾਬਾ ਜੀ ਹੁਣਾਂ ਨੇ ਭੇਜਿਆ, ਕਿਉਂਕਿ ਕਈਆਂ ਦੇ ਮਨ 'ਚ ਇਹ ਭੁਲੇਖਾ ਸੀ ਵੀ ਸ਼ਾਇਦ ਮਾਨ ਸਿੰਘ ਕਾਲੀ ਕੱਲਾ, ਲੇਕਿਨ ਮੇਰੀ ਆਪਣੀ ਇਹ ਆਵਾਜ਼ ਸੀ ਵੀ ਕੋਈ ਵੀ ਭੈਣ ਭਰਾ ਇਹੋ ਲੁੜਬਾਜ਼ੀ ਨਾ ਕਰੇ ਕਿਸੇ ਦਾ ਕੋਈ ਨੁਕਸਾਨ ਕਰਨ ਵਾਸਤੇ ਨਾ ਆਵੇ, ਕਿਉਂਕਿ ਗੱਲ ਪ੍ਰਸ਼ਾਸਨ ਦੇ ਵਿੱਚ ਆ ਚੁੱਕੀ ਹੈ, ਅਤੇ ਸਾਰੀਆਂ ਜਥੇਬੰਦੀਆਂ ਨੂੰ ਮੈਂ ਬੇਨਤੀ ਕੀਤੀ ਸੀ ਵੀ ਬਈ ਅਜੇ ਕਿਸੇ ਨੇ ਨਹੀਂ ਆਉਣਾ, ਕਿਉਂਕਿ ਆਉਣ ਦੀ ਗੱਲ ਤਾਂ ਹੋਵੇ ਵੀ ਜਾਂ ਬੜਾ ਵੱਡਾ ਮੁੱਦਾ ਵਾ ਵੀ ਅਗਲਾ ਬੰਦਾ ਸਾਡੇ ਦੁਆਲੇ ਵੀ ਡਾਂਗਾ